अस्सलाम वालेकुम दोस्तों, की हाल है? उम्मीद करदा कि सारे दोस्त ठीक होणगे। अज तुहाडे वास्ते वीडियो लैके आए हां। वीडियो स्टार्ट करन तों पहिलां सारे दोस्तों नूं रिक्वेस्ट है कि वीडियो नूं लाइक करो, शेयर कर दो, कमेंट जरूर करियो ते चैनल सबसक्राइब जरूर करियो। अज दी वीडियो आपां तुहानूं दस्सांगे, इक असीं गुजर रहे सीगे ते आ सोलर प्लेट उत्ते छोटा जिहा ट्यूब लग्गिया होया वा, ते तुहानूं दिखा दिंदे आ सारा कुछ। कोई ਇੱਥੇ ਹੈ ਨਹੀਂ ਗਾ, ਲੇਕਿਨ ਜਿੰਨੀ ਮੇਰੇ ਕੋਲ ਹੋ ਸਕੇ ਆ। ਜਿਹੜਾ ਮਾਲਕ ਆ ਉਹ ਨਹੀਂ ਹੈ ਇੱਥੇ, ਜਿਹੜਾ ਤੁਹਾਨੂੰ ਚੰਗੀ ਤਰ੍ਹਾਂ ਦੱਸ ਸਕਣ, ਲੇਕਿਨ ਮੈਂ ਆਪਣੇ ਤਾਂ ਸਾਰਾ ਕੁਝ ਦੱਸ ਦਿੰਦਾ ਜਿੰਨਾ ਮੈਨੂੰ ਆਈਡੀਆ ਹੈ ਇਹਦੇ ਬਾਰੇ। ਆਹ ਦੇਖੋ, ਆਹ ਪਾਣੀ ਵਾਲੀ ਨਾਲ ਛੋਟਾ ਟਿਊਬਵੈਲ ਲੱਗਿਆ ਹੋਇਆ ਵਾ, ਮਿੰਨੀ ਟਿਊਬਵੈਲ। ਦੇਖੋ ਇਹਦੇ ਅੰਦਰ ਹੀ ਮੋਟਰ ਆ, ਇਹਦੇ ਤਾਰਾਂ ਦੀ ਵੀ ਆ, ਦੋ ਚਾਰ ਦੋ ਛੇ ਦੋ ਅੱਠ 12 16 ਪਲੇਟਾਂ ਲੱਗੀਆਂ ਜੀ, 4 ਉੱਪਰ 4 ਨੀਚੇ ਫਿਰ ਨੀਚੇ 4। ਫਿਰ ਆਪਾਂ ਇਸ ਸਾਈਡ 'ਤੇ ਆ ਜਾਂਦੇ ਹਾਂ। ਇਸ ਸਾਈਡ 'ਤੇ ਸਭ ਤੋਂ ਪਹਿਲੇ ਦਿਖਾਉਂਦੇ ਹਾਂ ਆਹ ਟਰਾਲੀ ਆ ਜੀ, ਇਹ ਟਰੈਕਟਰ ਦੇ ਮਗਰ। ਉਹ ਦੇਖੋ ਟਰੈਕਟਰ ਦੇ ਮਗਰ ਆਉਂਦੀ, ਟਰੈਕਟਰ ਲਿਆ ਕੇ ਖੜਾ ਕੀਤਾ ਹੋਇਆ, ਟਰੈਕਟਰ ਦੇ ਮਗਰ ਪਾ ਕੇ ਲਿਆਉਂਦੇ ਹਾਂ। ਇਹ ਸਾਈਡ 'ਤੇ ਆ ਦੇਖੋ ਹੁੱਕ ਲੱਗੀ ਹੋਈ ਆ, ਅਤੇ ਆਹ ਲੱਗੇ ਹੋਏ ਇਹਨੂੰ ਐਂਗਲ ਜੇ, ਜਿਹਨੂੰ ਤਾਰ ਇਹਦੇ ਨਾਲ ਕਲੋਜ਼ ਕਰ ਲੈਂਦੇ ਆ, ਕਿਉਂਕਿ ਬਾਅਦ 'ਚੋਂ ਲੈ ਕੇ ਜਾਣਾ ਫਿਰ ਮੁਸ਼ਕਲ ਨਹੀਂ ਪੇਸ਼ ਹੁੰਦੀ, ਅਤੇ ਇਹ ਕਲੋਜ਼ ਹੋ ਜਾਂਦੀ ਆ। ਅਤੇ ਹੁਣ ਚੱਲਦੀ ਪਈ ਆ, ਕਲੋਜ਼ ਕਰਕੇ ਨਹੀਂ ਦਿਖਾ ਸਕਦੇ। ਅਤੇ ਮੇਰੇ ਹਿਸਾਬ ਨਾਲ ਇਹ ਤਰੀਕਾ ਬੜਾ ਬੈਸਟ ਆ ਫਾਰਮਰ ਵਾਸਤੇ। ਆਹ ਦੇਖੋ ਪਾਣੀ ਆ ਜਾ ਰਿਹਾ ਵਾ, ਛੋਟੀ ਜਿਹੀ ਖਾਲੀ ਆ। ਮੇਰੇ ਹਿਸਾਬ ਨਾਲ 2-3 ਏਕੜ ਡੇਲੀ ਦੇ ਜ਼ਰੂਰ ਭਰਦਾ ਹੋਏਗਾ। ਤੁਹਾਨੂੰ ਇਹਦਾ ਜਿਹੜਾ ਹੈ ਕੰਟਰੋਲਰ ਵਗੈਰਾ ਸਭ ਦੱਸ ਦਿੰਦੇ ਹਾਂ, ਦਿਖਾ ਦਿੰਦੇ ਹਾਂ ਦੂਰੇ। ਆਹ ਦੇਖੋ ਆਹ ਲੱਗਿਆ ਹੋਇਆ ਜੀ, ਇਹ ਆਪਣਾ ਵਰਕ ਕਰੀ ਜਾਂਦਾ ਜੀ। ਆਹ ਦੇਖੋ ਛਾਂ ਵੀ ਉੱਪਰ ਹੈ ਵਾ, ਮੈਂ ਨੀਚੇ ਬੈਠ ਸਕਦਾ। ਛੋਟੀ ਟਰਾਲੀ ਬਣਾਈ ਹੋਈ ਆ, 12-16 ਪਲੇਟਾਂ ਲੱਗੀਆਂ ਹੋਈਆਂ, ਅਤੇ ਛੋਟੇ ਕਿਸਾਨ ਵਾਸਤੇ ਮੈਂ ਕਹਿੰਦਾ ਬਿਲਕੁਲ ਫਿੱਟ ਆ, ਬੜਾ ਸੂਟ ਕਰੇਗਾ ਉਹਦੇ ਪਾਸ, ਕਿਉਂਕਿ ਫ੍ਰੀ ਦੇ ਵਿੱਚ ਇੱਕ ਦਫਾ ਪੈਸੇ ਲੱਗ ਜਾਂਦੇ ਆ, ਲੇਕਿਨ ਫ੍ਰੀ ਦੇ ਵਿੱਚ ਪਾਣੀ ਜਿੰਨਾ ਸਾਰਾ ਦਿਨ ਚਲਾਈ ਰੱਖੋ, ਅਤੇ ਸ਼ਾਮ ਨੂੰ ਬੈਟਰੀਆਂ 'ਤੇ ਵੀ ਚੱਲ ਸਕਦਾ ਜੀ। ਅਗਰ ਬੈਟਰੀਆਂ 'ਤੇ ਚਲਾਈਏ ਇਹਨੂੰ, ਛੋਟਾ ਟਿਊਬਵੈਲ ਸੋਲਰ ਪਲੇਟ ਤਾਂ ਐਕਸਟਰਾ ਲੱਗੀਆਂ ਹੋਈਆਂ ਵਾ, 2-3 ਐਕਸਟਰਾ ਲੱਗੀਆਂ, 2-3 ਨਾ ਵੀ ਹੋਣ ਨਾਲ ਟਿਊਬਵੈਲ ਪਾਣੀ ਇੰਨਾ ਕੱਢ ਸਕਦਾ ਵਾ। ਦੇਖੋ ਸਰਦੀਆਂ ਦਾ ਹਜੇ ਮੌਸਮ ਐਂਡ ਆ, ਸਰਦੀਆਂ ਜਾਂ ਫਰਵਰੀ ਦਾ ਐਂਡ ਆ, ਅਤੇ ਤੁਸੀਂ ਦੇਖ ਸਕਦੇ ਹੋ ਅਤੇ ਤਾਂ ਵੀ ਪਾਣੀ ਆਪਣਾ ਪੂਰਾ ਕੱਢਦਾ ਪਿਆ। ਧੁੱਪ ਏਡੀ ਅੱਜ ਸਖਤ ਕੋਈ ਨਹੀਂ ਗੀ, ਜਿਹਨੂੰ ਆਪਾਂ ਤੇਜ਼ ਧੁੱਪ ਕਹੀਦਾ ਉਹ ਨਹੀਂ ਗੀ, ਬਸ ਨੋਰਮਲ ਧੁੱਪ ਆ, ਅਤੇ ਉਹਦੇ ਨਾਲ ਪਾਣੀ ਆਪਣਾ ਦੇਖੋ ਕਿੰਨਾ ਕੱਢਦਾ ਪਿਆ ਜੀ। ਇੱਧਰ ਛੋਟੀ ਜਿਹੀ ਖਾਲੀ ਬਣਾਈ ਹੋਈ ਆ, ਖਾਡਾ ਬਣਾਇਆ ਹੋਇਆ, ਅਤੇ ਹੋਰ ਆਪਾਂ ਤੁਹਾਨੂੰ ਆਊਟ ਸਾਈਡ ਦਿਖਾ ਦਿੰਦੇ ਹਾਂ। ਆਹ ਦੇਖੋ ਜੀ, ਚੈੱਕ ਕਰੋ ਜੀ ਸਾਹਮਣੇ ਫਰੰਟ ਤੋਂ, ਇਸ ਸਾਈਡ ਦੀ ਆ ਦੇਖੋ ਅਸਲ ਪਲੇਟਾਂ ਕਲੋਜ਼ ਕਰਨ ਵਾਸਤੇ ਲਗਾਇਆ ਹੋਇਆ ਵਾ, ਅਤੇ ਟਰਾਲੀ ਇਹਨੂੰ ਟਾਇਰ ਲੱਗੇ ਹੋਏ ਆ, ਅਤੇ ਆਰਾਮ ਨਾਲ ਇੱਕ ਬੰਦਾ ਇਹਨੂੰ ਖੋਲ੍ਹ ਸਕਦਾ ਵਾ ਅਤੇ ਬੰਦ ਕਰ ਸਕਦਾ ਵਾ। ਅਤੇ ਤੁਹਾਨੂੰ ਆ ਦੱਸ ਦਿੰਦੇ ਹਾਂ ਕਿੱਥੋਂ ਬਣਿਆ ਵਾ, ਅੱਲਾ ਵਾਰਸ ਜ਼ਰੀ ਇੰਡਸਟਰੀ, ਇੱਥੋਂ ਤੋਂ ਬਣਿਆ ਹੋਇਆ ਵਾ। ਅਤੇ ਬਾਕੀ ਪ੍ਰਾਈਜ਼ ਪ੍ਰੂਜ਼ ਅਸੀਂ ਕੁਛ ਨਹੀਂ ਦੱਸ ਸਕਦੇ, ਫੋਨ ਨੰਬਰ ਦੇਖ ਲੈਂਦੇ ਹਾਂ ਕੋਈ ਲਿਖਿਆ ਹੋਏਗਾ, ਲੇਕਿਨ ਨਹੀਂ। ਅਤੇ ਜਿੱਥੇ ਜਿਹਨਾਂ ਨੂੰ ਪਤਾ ਵਾ ਲਾਲ ਦਰੀ ਇੰਡਸਟਰੀ, ਉਹ ਫਿਰ ਉਹਨਾਂ ਰੱਬ ਕਰ ਸਕਦਾ ਵਾ, ਕਿਉਂਕਿ ਤੁਹਾਨੂੰ ਅੱਗੇ ਦੱਸਿਆ ਕਿ ਕੋਈ ਮਾਲਕ ਨਹੀਂ ਹੈ ਇੱਥੇ, ਅਤੇ ਇਸ ਵਾਸਤੇ ਅਸੀਂ ਤੁਹਾਨੂੰ ਸਾਡੀ ਡੀਟੇਲ ਨਹੀਂ ਦੇ ਸਕਦੇ। ਅਤੇ ਜੇ ਦੋਸਤਾਂ ਨੂੰ ਮੇਰੀ ਇਹ ਵੀਡੀਓ ਅੱਛੀ ਲੱਗੀ ਹੋਏਗੀ ਅਤੇ ਵੀਡੀਓ ਸ਼ੇਅਰ ਕਰ ਦਿਓ, ਅਤੇ ਇਹ ਤੋਂ ਫਾਇਦਾ ਹਾਸਲ ਕਰੋ, ਬਹੁਤ ਅੱਛੀ ਚੀਜ਼ ਆ, ਇਹ ਜ਼ਰੂਰ ਲਗਾਉਣੀ ਚਾਹੀਦੀ ਛੋਟੇ ਫਾਰਮਰ ਵਾਸਤੇ। ਅਤੇ ਚੰਗਾ ਜੀ, ਖੁਦਾ ਹਾਫਿਜ਼।